ਸਤਿ ਸ਼੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ, ਦੈਨ ਮੇਰੀ ਫੇਸਬੁੱਕ ਫੈਮਿਲੀ, ਕੀ ਹਾਲ ਚਾਲ ਨੇ ਤੁਹਾਡੇ? ਆ ਜਾਓ ਸਾਰੇ ਜਾਣੇ, ਕਿਉਂਕਿ ਅੱਜ ਮੈਂ ਇੱਕ ਕੁਛ ਖਾਸ ਮੁੱਦੇ 'ਤੇ ਲਾਈਵ ਹੋਈ ਸੀ। ਲਾਈਵ ਹੋਣਾ ਜ਼ਰੂਰੀ ਸੀਗਾ ਮੇਰਾ, ਕਿ ਵੈਸੇ ਮੈਂ ਕਦੀ ਇੱਦਾਂ ਲਾਈਵ ਹੋਈ ਨਹੀਂ, ਗੱਲਾਂ ਕੀਤੀਆਂ ਨਹੀਂ ਆ, ਅੱਜ ਫਸਟ ਟਾਈਮ ਲਾਈਵ ਹੋਈਆਂ। ਦੈਨ ਆਜੋ ਆਜੋ ਜੁੜ ਜਾਣ ਹੋਰ ਤਾਂ ਮੈਨੂੰ ਆ ਕਿ ਮੈਂ ਸਾਰਿਆਂ ਨਾਲ ਫਿਰ ਜੋ ਮੈਂ ਜ਼ਰੂਰੀ ਤੁਹਾਡਾ ਅਨਾਊਂਸ ਕਰਨਾ ਸੀ, ਸਾਰਿਆਂ ਨੂੰ ਦੱਸਣਾ ਚਾਹੁੰਦੀ ਸੀ, ਤਾਂ ਸਾਰੇ ਜਾਣੇ ਜੁੜ ਜਾਣ, ਦੈਨ ਫਿਰ ਹੀ ਆ ਕਿ ਮੈਨੂੰ ਮੈਂ ਦੱਸਾਂ। ਸਤਿ ਸ਼੍ਰੀ ਅਕਾਲ ਜੀ ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਗੋਰਾ ਹੰਸ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਇੰਨਾ ਪਿਆਰ ਦੇਣ ਲਈ, ਮੈਨੂੰ ਅਮਨ ਰੋਜ਼ੀ ਬਣਾਉਣ ਦੇ ਲਈ ਤੁਸੀਂ ਬਹੁਤ ਪਿਆਰ ਦਿੱਤਾ। ਮੈਂ ਅੱਜ ਜੋ ਕੁਛ ਵੀ ਹਾਂ ਤੁਹਾਡੀ ਬਦੌਲਤ ਹਾਂ, ਲੇਕਿਨ ਜ਼ਰੂਰੀ ਅਨਾਊਂਸਮੈਂਟ ਮੈਂ ਤਾਂ ਕਰ ਰਹੀ ਹਾਂ ਅੱਜ, ਮੈਨੂੰ ਤਾਂ ਲਾਈਵ ਹੋਣਾ ਪਿਆ, ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਔਰ ਆਤਮਾ ਸਿੰਘ ਜੀ ਹੁਣ ਅਸੀਂ ਇਕੱਠੇ ਕੰਮ ਨਹੀਂ ਕਰਦੇ, ਕਿਉਂਕਿ ਸਾਡਾ ਜੋ ਕੰਟਰੈਕਟ ਸੀ ਉਹ ਖਤਮ ਹੋ ਚੁੱਕਿਆ। ਸੋ ਹੁਣ ਮੈਂ ਉਹਨਾਂ ਨਾਲ ਕੰਮ ਨਹੀਂ ਕਰਦੀ, ਜਿੰਨਾ ਵੀ ਅਸੀਂ ਟਾਈਮ 18 ਸਾਲ ਜੋ ਵੀ ਸੀ ਸਾਡਾ ਟਾਈਮ ਬਹੁਤ ਵਧੀਆ ਨਿਕਲਿਆ। ਸੋ ਅਸੀਂ ਅਲੱਗ ਹੋ ਚੁੱਕੇ ਹਾਂ। ਦੈਨ ਮੇਰਾ ਲਾਈਵ ਹੋਣ ਦਾ ਸਿਰਫ ਮੁੱਦਾ ਜੇ ਹੀ ਸੀ ਕਿ ਮੈਨੂੰ ਕਾਫੀ ਕਾਲਸ ਆ ਰਹੀਆਂ ਕਿ ਮੈਮ ਤੁਹਾਨੂੰ ਕੀ ਹੋ ਗਿਆ, ਤੁਹਾਨੂੰ ਕੀ ਹੋ ਗਿਆ, ਤੁਸੀਂ ਬਿਮਾਰ ਹੋ, ਕੀ ਗੱਲ ਹੋ ਗਈ, ਕੀ ਗੱਲ ਹੋ ਗਈ। ਸਿਰਫ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਕਿਉਂਕਿ ਇੱਕੋ ਪਰਮਾਤਮਾ, ਫਿਰ ਮੇਰੇ ਮਾਤਾ ਪਿਤਾ, ਇੱਕ ਤੁਸੀਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਮੈਂ ਕਿਸੇ ਨੂੰ ਉਹਦੇ ਵਿੱਚ ਨਹੀਂ ਰੱਖਣਾ ਚਾਹੁੰਦੀ। ਅਤੇ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਇਹ ਕਲੀਅਰ ਕਰ ਦੇਣਾ ਚਾਹੀਦਾ, ਕਿਉਂਕਿ ਜੋ ਵੀ ਸਾਨੂੰ ਬੁੱਕ ਕਰਦੇ ਆ, ਜੋ ਵੀ ਪਾਰਟੀਆਂ ਸਾਨੂੰ ਬੁੱਕ ਕਰਦੀਆਂ ਨੇ, ਤਾਂ ਮੈਂ ਤਾਂ ਅੱਜ ਲਾਈਵ ਹੋਈ ਹਾਂ ਕਿ ਮੈਂ ਬਿਲਕੁਲ ਤੰਦਰੁਸਤ ਹਾਂ। ਕਿ ਮੈਨੂੰ ਅਕਸਰ ਕਹਿ ਦਿੱਤਾ ਜਾਂਦਾ ਕਿ ਮੈਮ ਕਹਿ ਰਹੇ ਨੇ ਕਿ ਤੁਹਾਡੇ ਬ੍ਰੇਨ 'ਚ ਪ੍ਰੋਬਲਮ ਆ ਗਈ ਜਾਂ ਕੁਛ ਇੱਦਾਂ, ਮੈਨੂੰ ਇੱਦਾਂ ਕੁਛ ਨਹੀਂ ਹੈ, ਮੈਂ ਬਿਲਕੁਲ ਤੰਦਰੁਸਤ ਹਾਂ। ਅਤੇ ਮੈਂ ਕਿਸੇ ਵੀ ਪਾਰਟੀ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੀ, ਮੈਂ ਸਿਰਫ ਇਹੀ ਕਰਨਾ ਕਹਿਣਾ ਚਾਹੁੰਦੀ ਸੀ ਕਿ ਅਗਰ ਮੈਂ ਕਿਸੇ ਸ਼ੋਅ 'ਤੇ ਨਹੀਂ ਪਹੁੰਚ ਰਹੀ ਤਾਂ ਉਹਦੀ ਰਿਸਪੋਂਸੀਬਿਲਿਟੀ ਮੇਰੀ ਨਹੀਂ ਆ, ਜਾਂ ਮੇਰੇ ਨਾਮ 'ਤੇ ਸ਼ੋਅ ਬੁੱਕ ਨਾ ਕੀਤੇ ਜਾਣ। ਸੋ ਥੈਂਕ ਯੂ ਸੋ ਮੱਚ, ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ। ਜਿੰਨਾ ਵੀ ਟਾਈਮ ਸੀ ਬਹੁਤ ਵਧੀਆ ਨਿਕਲਿਆ, ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ। ਤੁਹਾਡੇ ਮੈਂ ਕੁਛ ਨਹੀਂ ਕੀਤਾ, ਸਾਡਾ ਕੰਟਰੈਕਟ ਸੀ ਉਹ ਕੰਪਲੀਟ ਹੋ ਚੁੱਕਿਆ। ਦੈਨ ਬਟ ਮੇਰਾ ਮੈਂ ਉਹਨਾਂ ਪਾਰਟੀਆਂ ਨੂੰ ਪਿਆਰ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਰਿਜ਼ਕ ਦਿੱਤਾ, ਹੈ ਨਾ। ਸੋ ਮੈਂ ਇਹੀ ਸੀ ਕਿ ਮੈਂ ਗੁੰਮਰਾਹ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ, ਮੈਂ ਤੰਦਰੁਸਤ ਹਾਂ, ਮੈਨੂੰ ਕੁਛ ਨਹੀਂ ਹੋਇਆ। ਅਤੇ ਬਸ ਅਸੀਂ ਹੁਣ ਇਕੱਠੇ ਕੰਮ ਨਹੀਂ ਕਰ ਰਹੇ, ਜਿੰਨਾ ਵੀ ਟਾਈਮ ਸਾਡਾ ਨਿਕਲਿਆ ਬਹੁਤ ਵਧੀਆ ਨਿਕਲਿਆ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਥੈਂਕ ਯੂ ਸੋ ਮੱਚ। ਨੋ ਨੋ ਬਹੁਤ ਵਧੀਆ ਟਾਈਮ ਨਿਕਲਿਆ ਸਾਡਾ, ਜੋ ਵੀ 17-18 ਸਾਲ ਦਾ ਟਾਈਮ ਸੀਗਾ ਬਹੁਤ ਵਧੀਆ ਨਿਕਲਿਆ। ਸੋ ਮੇਰਾ ਸਿਰਫ ਲਾਈਵ ਹੋਣ ਦਾ ਮਕਸਦ ਇਹੀ ਸੀ ਕਿ ਜਦੋਂ ਮੈਨੂੰ ਕਾਲਸ ਆਉਂਦੀਆਂ ਕਾਫੀ ਕਿ ਮੈਮ ਤੁਸੀਂ ਸ਼ੋਅ 'ਤੇ ਨਹੀਂ ਪਹੁੰਚੇ, ਕੀ ਗੱਲ ਹੋ ਗਈ। ਸੋ ਉੱਥੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਗਲਤ ਕਰ ਰਹੀ ਹਾਂ, ਮੈਨੂੰ ਕਲੀਅਰ ਕਰ ਦੇਣਾ ਚਾਹੀਦਾ, ਇਸ ਲਈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਨ ਲੱਗੀ ਹਾਂ ਕਿ ਅਸੀਂ ਹੁਣ ਇਕੱਠੇ ਕੰਮ ਨਹੀਂ ਕਰਦੇ, ਜਾਂ ਅਗਰ ਮੈਂ ਕਿਸੇ ਸ਼ੋਅ 'ਤੇ ਨਹੀਂ ਪਹੁੰਚ ਰਹੀ ਉਹਦੀ ਰਿਸਪੋਂਸੀਬਿਲਿਟੀ ਮੇਰੀ ਨਹੀਂ ਆ, ਜਾਂ ਜੋ ਕੋਈ ਅਮਨ ਰੋਜ਼ੀ ਜਾਂ
आत्मा सिंह अमन रोजी के नाँ पर शो बुक कर दता, प्लीज़ वो जिम्मेवारी मेरी नहीं आ। मैं बस यही कहना चाहती सी, तुसी बहुत प्यार दिता, मैं सारे दे कमेंट पढ़ भी रही हाँ, आई नो तुसी सारे बोल रहे हैं। होर सुनाओ की हाल चाल है तुहाडे। बाकी मेरी फ्यूचर की जो भी प्लैनिंग होगी मैं तुहानू एक दो तीन दिन तक अपडेट कर दूंगी। सो थैंक यू सो मच, मैनू मेरे को होर तो कुछ वर्ड है नहीं बोलन नू। मैं ही कहूँगी धन्यवाद, तुसी सानू बहुत प्यार दिता, इतों तक पहुँचाया, जिन्ना भी टाइम निकलिया साडा बहुत वधिया सी, हस खेड के बहुत वधिया निकल गया। सो नवनीत नौनी जी, प्रमोद सिंह जी, बलविंदर सिंह कंपोज जी, सो थैंक यू सो मच, तुसी जिन्ने भी मेरे नाल अपना कीमती समा कढ़ के जुड़े हो, अपना क्योंकि मैं बहुत एकदम ही लाइव होगी, मैं कुछ अद्धा घंटा पहला ही अनाउंस किया कि मैं लाइव, मेरे दिल ने कहा कि तेनों लाइव होना चाहिए, क्योंकि जो मैं कॉल आते तेनों की हो गया तेनों, तो मैं कुछ नहीं होया, मैं बिल्कुल सही हाँ, तंदुरुस्त हाँ, मैं थोड़े सामने बैठी हाँ, तो मैं जरूरी समझा। सो मैं यही गल करना चाहती सी थोड़े नाल, यही किमें की हो गया, कुछ भी नहीं होया, बस कॉन्ट्रैक्ट सी साडा खत्म हो गया, जिन्ना भी टाइम निकलिया बहुत सोहना निकलिया। सो मैं अज पहली बारी लाइव हुई हाँ पेज से, दैन इंस्टा ते की थोड़े ना गल्लां बातां कीतियां। बाकी मेरे फ्यूचर की जो भी प्लैनिंग होगी वो मैं तुहानू दो तीन दिन तक अपडेट कर दूंगी। अगर मेरे ना कोई गलबात करना चाहता जां मेरे ना लाइव शो लई कॉन्टैक्ट करना चाहता 9815957761 ते तुसी मैनू कॉल कर सकते हो, गल कर सकते हो, पंजाबी च भी बोल देनी है 9816857761 ते तुसी मैनू कॉल कर सकते हो अगर कोई गल करना चाहता। दैन लाइव शो लई जां शो बुकिंग लई जो भी गल करना चाहता तुसी मेरे इस नंबर ते मेरे नाल कॉन्टैक्ट कर सकते हो। सो वंस अगेन तुहाडा सारयां दा बहुत धन्नवाद मेरे नाल जुड़न दा, तुसी इन्ना प्यार दिता साडी मैनू पहलां। सो उम्मीद करदी हां कि जिद्दां दा भी मेरी अगे दी प्लैनिंग होगी जो भी होगा तुसी मैनू बहुत प्यार दोगे। लवजीत गिल जी, कोई ना जी फिर किया, हाँ जी हाँ जी, कुछ ना जी, ये टाइम आ चेंज आते रहते हैं। सो यही कह के मैं तुहाडे तो इजाजत लैनी हाँ, मैं सिर्फ यही क्लीयर करना सी अज कि मैं और आत्मा सिंह जी हुण असीं काम इकट्ठे नहीं करते, तो जो भी पार्टियां हैं प्लीज़ मेरे नाम ते, मैं नहीं काम कर रही, जिस शो ते मैं नहीं पहुंच रही उहदी रिस्पोंसिबिलिटी मेरी नहीं है, कि जो मेरे नाम ते शो बुक हो रहा तो मैं यह क्लीयर कर देना चाहनी हाँ कि मैं नहीं आ रही, मैं तंदुरुस्त हाँ, मैनू कुछ नहीं होया, प्लीज़ मैनू कोई भी, मैं भी क्लीयर करना चाहनी, कोई भी मेरी बीमारी का बहाना ना लाया जाए कि वह बीमार आ, आई डोंट नो भी क्यों कितों कितों ये गल्लां आ रही, मैनू जो फोन कॉल्स आते कॉल्स आदि तो मैनू दुख लगता है कि मैं तो बिल्कुल ठीक हाँ। सो ये कह के मैं थोड़े सारिया तो इजाजत लेना चाहनी हाँ, सत श्री अकाल जी, ज्यों दे वसदे रहो, खुश रहो, रब तुहानू तरक्कियां बख्शे, चढ़दी कला विच रहो।